ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਲੰਬੇ ਸਮੇਂ ਤੋਂ ਆਪਾਂ ਗੁਰਮਤਿ ਨਾਮ ਸਿਮਰਨ ਵਿਸ਼ੇ ਦੀ ਵਿਚਾਰ ਕਰ ਰਹੇ ਸਾਂ, ਜਿਹਦੇ ਅਸੀਂ ਬਿਲਕੁਲ ਆਖਰੀ ਪੜਾਅ 'ਤੇ ਪਹੁੰਚ ਗਏ ਹਾਂ। ਆਖਰੀ ਭਾਗ ਦੇ ਵਿੱਚ ਅਸੀਂ ਇੱਕ ਸਮਝਣ ਦੀ ਕੋਸ਼ਿਸ਼ ਕਰ ਰਹੇ ਸਾਂ ਕਿ ਗੁਰਬਾਣੀ ਰਾਹੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਸਾਂ ਕਿ ਕੀ ਫਿਰ ਵਾਹਿਗੁਰੂ ਵਾਹਿਗੁਰੂ ਸ਼ਬਦ ਰਟਣ ਦੀ ਲੋੜ ਨਹੀਂ। ਕਿਵੇਂ ਕਰਨਾ, ਕਹਿਣ ਅਤੇ ਰਟਣ ਦੇ ਵਿੱਚ ਬੜਾ ਫਰਕ ਹੈ, ਇਸ ਫਰਕ ਨੂੰ ਆਪਾਂ ਨੂੰ ਸਮਝਣਾ ਪਏਗਾ। ਚਲੋ ਖੈਰ, ਜੋ ਅੱਜ ਦਾ ਸਾਡਾ ਵਿਸ਼ਾ ਹੈ, ਅਖੀਰ 'ਤੇ ਜਿਹੜੀ ਗੱਲ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਗੁਰਬਾਣੀ ਪੜ੍ਹਦਿਆਂ ਅਸੀਂ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਰਹੇ ਹੁੰਦੇ, ਅਕਾਲ ਪੁਰਖ ਦਾ ਸਿਮਰਨ ਨਹੀਂ ਕਰ ਰਹੇ ਹੁੰਦੇ। ਮੈਂ ਸਿਰਫ ਤਿੰਨ ਪ੍ਰਮਾਣ ਆਪ ਜੀ ਨਾਲ ਸਾਂਝੇ ਕਰਨ ਲੱਗਾ, ਔਰ ਤਿੰਨੋਂ ਸਾਡੇ ਨਿਤਨੇਮ ਦੇ ਵਿੱਚੋਂ ਨੇ, ਰੋਜ਼ ਇਹ ਬਾਣੀਆਂ ਅਸੀਂ ਪੜ੍ਹਦੇ ਹਾਂ। ਫਰਕ ਸਿਰਫ ਇਹ ਹੈ ਕਿ ਅਸੀਂ ਬਸ ਪੜ੍ਹ ਜਾਂਦੇ ਹਾਂ, ਕਦੀ ਸਾਡਾ ਚਿੱਤ ਉਹਨਾਂ ਦੇ ਵਿੱਚ ਨਹੀਂ ਹੁੰਦਾ, ਉਹਨਾਂ ਦਾ ਭਾਵ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਕਦੀ ਐਸਾ ਨਹੀਂ ਹੁੰਦਾ ਕਿ ਗੁਰਬਾਣੀ ਦੀਆਂ ਉਹਨਾਂ ਪੰਕਤੀਆਂ ਦਾ ਅਸਲ ਭਾਵ ਸਾਡੇ ਹਿਰਦੇ 'ਚ ਜਾਵੇ ਅਤੇ ਨਾਲ ਜ਼ਬਾਨ ਉਚਾਰਨ ਕਰ ਰਹੀ ਹੋਵੇ, ਫਿਰ ਉਹਦਾ ਜੋ ਰਸ ਆਉਂਦਾ, ਜੋ ਸੱਚਮੁੱਚ ਉਸ ਵੇਲੇ ਮਹਿਸੂਸ ਹੁੰਦਾ ਕਿ ਉਸ ਤੋਂ ਵੱਡਾ ਸਿਮਰਨ ਕੋਈ ਹੋ ਸਕਦਾ। ਪਹਿਲੀ ਪੰਕਤੀ ਦੇ ਵਿੱਚ ਰੋਜ਼ ਅਸੀਂ ਪੜ੍ਹਦੇ ਹਾਂ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇ ਵੱਢ ਚੀਰਾ। ਕੀ ਕਦੀ ਸਾਡੇ ਮਨ 'ਚੋਂ ਸੱਚਮੁੱਚ ਆਵਾਜ਼ ਨਿਕਲੀ, ਉਸ ਵੱਡੇ ਸਾਹਿਬ ਨੂੰ ਅਸੀਂ ਆਵਾਜ਼ ਦਿੱਤੀ ਕਿ ਹੇ ਮੇਰੇ ਵੱਡੇ ਸਾਹਿਬਾ, ਹੇ ਗੁਣਾਂ ਦੇ ਖਜ਼ਾਨੇ ਮੇਰੇ ਵੱਡੇ ਸਾਹਿਬਾ, ਹੇ ਅਤ ਗਹਿਰ ਅਤੇ ਗੰਭੀਰ ਮੇਰੇ ਵੱਡੇ ਸਾਹਿਬਾ। ਕੋਈ ਨਹੀਂ ਜਾਣਦਾ ਤੁਹਾਡਾ ਕਿਤਨਾ ਵੱਡਾ ਪਸਾਰਾ ਹੈ, ਕੋਈ ਨਾ ਜਾਣੇ ਤੇਰਾ ਕੇਤਾ ਕੇ ਵੱਢ ਚੀਰਾ, ਕਿੰਨਾ ਵੱਡਾ ਪਸਾਰਾ ਹੈ, ਕੋਈ ਅੰਤ ਨਹੀਂ। ਔਰ ਜੇ ਇਹ ਸੱਚਮੁੱਚ ਹਿਰਦੇ ਦੇ ਵਿੱਚੋਂ ਇਹ ਉਸ ਵੇਲੇ ਪੁਕਾਰ ਨਿਕਲ ਰਹੀ ਹੋਵੇ, ਇਹ ਭਾਵ ਸਾਡੇ ਹਿਰਦੇ 'ਚ ਆ ਰਿਹਾ ਹੋਵੇ, ਤਾਂ ਕੀ ਇਹ ਸਿਮਰਨ ਨਹੀਂ ਹੈ? ਅਗਲਾ ਪ੍ਰਮਾਣ ਜਿੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉਂ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ। ਹੁਣ ਇਹ ਪੰਕਤੀਆਂ ਗੁਰੂ ਪ੍ਰਤੀ ਉਚਾਰਨ ਕੀਤੀਆਂ ਹੋਈਆਂ, ਲੇਕਿਨ ਇੱਕ ਤਾਂ ਗੱਲ ਸਾਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਗੁਰਬਾਣੀ ਨੇ ਸਾਨੂੰ ਸਭ ਸਪਸ਼ਟ ਸਮਝਾ ਦਿੱਤਾ ਕਿ ਪਾਰ ਬ੍ਰਹਮ ਗੁਰ ਨਾਹੀ ਭੇਦ। ਲੇਕਿਨ ਗੁਰੂ ਅੱਗੇ ਪੁਕਾਰ ਕਰਦਿਆਂ ਵੀ ਕਿ ਅਸੀਂ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਨਹੀਂ ਕਰ ਰਹੇ, ਉਹਦਾ ਸਿਮਰਨ ਨਹੀਂ ਕਰ ਰਹੇ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਇਹ ਉਸ ਅਕਾਲ ਪੁਰਖ ਦੇ ਜਨ ਸਤਿਗੁਰੂ ਸਤਿਪੁਰਖ ਜੀ, ਬਿਨਉ ਕਰੋ ਗੁਰਪਾਸ, ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ, ਜੋਦੜੀ ਕਰਦਾ ਹਾਂ। ਕੀ ਜੋਦੜੀ ਕਰ ਰਿਹਾ? ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਸਾਡਾ ਜੀਵਨ ਤੇ ਕੀੜਿਆਂ ਕਿਰਮਾਂ ਵਰਗਾ ਹੈ। ਅਸੀਂ ਆਪਣੇ ਕਰਮਾਂ ਕਰਕੇ ਮਨੁੱਖਾਂ ਵਾਲੇ ਜੀਵਨ ਤਾਂ ਬਤੀਤ ਨਹੀਂ ਕਰ ਰਹੇ, ਕੀੜੇ ਕਿਰਮਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ, ਪਰ ਅਸੀਂ ਭਾਗਾਂ ਵਾਲੇ ਹਾਂ, ਤੁਹਾਡੀ ਸ਼ਰਨ ਦੇ ਵਿੱਚ ਆ ਗਏ ਹਾਂ, ਸਤਿਗੁਰ ਦੀ ਸ਼ਰਨ ਦੇ ਵਿੱਚ ਆ ਗਏ ਹਾਂ। ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮਿਹਰ ਕਰੋ, ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰ ਦਿਓ, ਉਸ ਅਕਾਲ ਪੁਰਖ ਨੂੰ ਮੇਰੇ ਹਿਰਦੇ 'ਚ ਵਸਾ ਦਿਓ, ਉਸ ਅਕਾਲ ਪੁਰਖ ਨਾਲ ਮੇਰੀ ਸੱਚੀ ਸਾਂਝ ਪਾ ਦਿਓ, ਉਸ ਅਕਾਲ ਪੁਰਖ ਦੀ ਬਖਸ਼ਿਸ਼ ਦਾ ਮੈਂ ਪਾਤਰ ਬਣ ਜਾਵਾਂ,
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ। ਹੇ ਗੁਰਦੇਵ ਮੇਰੇ ਸੱਚੇ ਮਿੱਤਰ ਜੀ, ਮੇਰੇ ਹਿਰਦੇ 'ਚ ਉਸ ਅਕਾਲ ਪੁਰਖ ਦੇ ਨਾਮ ਦਾ ਪ੍ਰਕਾਸ਼ ਕਰ ਦਿਓ। ਕਿਰਪਾ ਕਰੋ ਮੇਰੇ ਹਿਰਦੇ 'ਚ ਉਸ ਅਕਾਲ ਪੁਰਖ ਦੇ ਨਾਮ ਦਾ ਪ੍ਰਕਾਸ਼ ਕਰ ਦਿਓ। ਕੀ ਇਹ ਸਿਮਰਨ ਨਹੀਂ ਹੈ ਅਕਾਲ ਪੁਰਖ ਦਾ? ਕੀ ਇਸ ਤੋਂ ਇਲਾਵਾ ਵੀ ਅਕਾਲ ਪੁਰਖ ਦਾ ਸਿਮਰਨ ਹੁੰਦਾ ਹੈ? ਅਗਲਾ ਪ੍ਰਮਾਣ ਸੋਹਿਲਾ ਬਾਣੀ ਦੇ ਵਿੱਚੋਂ ਜੋ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਸ਼ਬਦ ਆਰਤੀ ਦੇ ਰੂਪ ਦੇ ਵਿੱਚ ਹੈ, ਜਿਹਦੇ ਰਾਹੀਂ ਸਤਿਗੁਰੂ ਨੇ ਬ੍ਰਾਹਮਣਾਂ ਨੂੰ ਇਸ ਅਕਲ ਦਿੱਤੀ ਕਿ ਆਹ ਥਾਲੀਆਂ ਲੈ ਕੇ ਅਕਾਲ ਭਗਵਾਨ ਦੀ ਆਰਤੀ ਕਰਨ ਦਾ ਢੋਂਗ ਕਰ ਰਹੇ ਹੋ। ਉਸ ਅਕਾਲ ਪੁਰਖ ਦੀ ਆਰਤੀ ਤਾਂ ਸਾਰਾ ਬ੍ਰਹਿਮੰਡ ਹਰ ਵੇਲੇ ਕਰ ਰਿਹਾ ਹੈ। ਕਿਤਾ ਜ਼ਰਾ ਧਿਆਨ ਨਾਲ, ਪਿਆਰ ਨਾਲ ਸਮਝ ਕੇ, ਸਾਰੇ ਨਾਲ ਮੇਰੇ ਪੜ੍ਹ ਕੇ ਦੇਖੋ ਕਿ ਆਪ ਜੀ ਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਉਸ ਅਕਾਲ ਪੁਰਖ ਦਾ ਸਭ ਤੋਂ ਵੱਡਾ ਸਿਮਰਨ ਕਰ ਰਹੇ ਹਾਂ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮੱਲਿਆਣ ਲਓ ਪਵਨ ਚਬਰੋ ਕਰੇ, ਸਗਲ ਬਣ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ, ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਆਹ ਆਕਾਸ਼ ਰੂਪੀ ਥਾਲ ਹੈ ਜਿਹਦੇ ਵਿੱਚ ਚੰਦ ਅਤੇ ਸੂਰਜ ਰਵ ਚੰਦ ਦੀਪਕ ਬਣੇ, ਦੋ ਦੀਵੇ ਬਾਲੇ ਹੋਏ ਨੇ। ਇਹ ਬ੍ਰਾਹਮਣੋ, ਤੁਸੀਂ ਥਾਲ ਦੇ ਵਿੱਚ ਦੀਵੇ ਬਾਲਦੇ ਹੋ, ਆਹ ਵੇਖੋ ਉਸ ਅਕਾਲ ਪੁਰਖ ਦੀ ਆਰਤੀ ਕਿਵੇਂ ਹੋ ਰਹੀ ਹੈ। ਆਹ ਆਕਾਸ਼ ਰੂਪੀ ਥਾਲ ਦੇ ਵਿੱਚ ਚੰਦ ਅਤੇ ਸੂਰਜ ਦੋ ਦੀਵੇ ਬਲੇ ਹੋਏ ਨੇ। ਤਾਰਕਾ ਮੰਡਲ ਜਨਕ ਮੋਤੀ, ਆਹ ਜਿੰਨੇ ਤਾਰੇ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਉਹਦੇ ਵਿੱਚ ਮੋਤੀ ਆਦਿ ਸਜਾਏ ਹੋਏ ਨੇ ਉਸ ਥਾਲ ਦੇ ਵਿੱਚ। ਧੂਪ ਮੱਲਿਆਣ ਲਓ, ਅਤੇ ਮਲ ਪਰਬਤ ਤੋਂ ਆਉਣ ਵਾਲੀ ਖੁਸ਼ਬੂ ਜਿਹੜੀ ਹੈ ਉਹ ਧੂਪ ਦਾ ਕੰਮ ਕਰ ਰਹੀ ਹੈ। ਪਵਨ ਚਵਰੋ ਕਰੇ, ਆਹ ਜੀ ਮਿੱਠੀ ਮਿੱਠੀ ਹਵਾ ਵਗ ਰਹੀ ਹੈ ਹਰ ਵੇਲੇ, ਇਹ ਚੌਰ ਕਰ ਰਹੀ ਹੈ ਉਸ ਅਕਾਲ ਪੁਰਖ ਨੂੰ। ਸਗਲ ਬਣ ਰਾਏ ਫੁਲੰਤ ਜੋਤੀ, ਆ ਜਿੰਨੀ ਬਨਸਪਤੀ ਨਜ਼ਰ ਆਉਂਦੀ ਪਈ ਹੈ ਇਹ ਉਸ ਥਾਲ ਦੇ ਵਿੱਚ ਫੁੱਲ ਸਜਾਏ ਹੋਏ ਨੇ। ਕੈਸੀ ਆਰਤੀ ਹੋਏ ਭਵ ਖੰਡਣਾ, ਤੇਰੀ ਆਰਤੀ, ਕਿਆ ਕਮਾਲ ਦੀ ਆਰਤੀ ਹੋ ਰਹੀ ਹੈ ਅਕਾਲ ਪੁਰਖ ਤੇਰੀ। ਸਾਰਾ ਬ੍ਰਹਿਮੰਡ ਹਰ ਵੇਲੇ ਤੇਰੀ ਆਰਤੀ ਕਰ ਰਿਹਾ। ਕਦੀ ਅਸੀਂ ਵੀ ਉਸ ਆਰਤੀ 'ਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕੀਤੀ? ਕਦੀ ਸਾਡੀ ਵਿਵਸਥਾ ਬਣੀ ਅਨਹਤਾ ਸ਼ਬਦ ਵਾਜੰਤ ਭੇਰੀ? ਉਸ ਅਕਾਲ ਪੁਰਖ ਦੀ ਮਿੱਠੀ ਮਿੱਠੀ ਗੂੰਜ, ਪਿਆਰੀ ਪਿਆਰੀ ਗੂੰਜ ਹਰ ਵੇਲੇ ਸਾਡੇ ਕੰਨਾਂ ਦੇ ਵਿੱਚ ਵੱਜ ਰਹੀ ਹੋਵੇ, ਹਰ ਬਾਣੀ ਸਾਨੂੰ ਉਹਦੀ ਬਾਣੀ ਨਜ਼ਰ ਆਵੇ, ਹਰ ਕੁਦਰਤ ਦਾ ਨਜ਼ਾਰਾ ਉਹਦੇ ਵਿੱਚ ਸਾਨੂੰ ਉਹ ਅਵਸਥਾ ਨਜ਼ਰ ਆਵੇ, ਕਦੀ ਐਸੀ ਅਵਸਥਾ ਬਣੀ? ਜੇ ਮੈਂ ਸੰਖੇਪ ਦੇ ਵਿੱਚ ਕਵਾਂ, ਦੋ ਲਾਈਨਾਂ 'ਚ ਕਹਿਣਾ ਚਾਹਾਂ, ਅਤੇ ਸਾਰੀ ਗੁਰਬਾਣੀ ਨਾਮ ਹੈ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਨਾਮ ਸਿਮਰਨ ਹੈ। ਗੁਰਬਾਣੀ ਵਿੱਚ ਹੈ ਕੀ ਹੈ? ਸਾਰੀ ਗੁਰਬਾਣੀ ਅਕਾਲ ਪੁਰਖ ਦੀ ਉਸਤਤ ਹੈ। ਜੇ ਸਾਨੂੰ ਅਨਮੋਲ ਜੀਵਨ ਜੁਗਤ ਵੀ ਦਿੱਤੀ ਤਾਂ ਉਹ ਜੀਵਨ ਜੁਗਤ ਅਕਾਲ ਪੁਰਖ ਦੇ ਗੁਣਾਂ 'ਤੇ ਆਧਾਰਿਤ ਦਿੱਤੀ, ਅਕਾਲ ਪੁਰਖ ਦੇ ਗੁਣ ਗਾ ਗਾ ਕੇ ਦਿੱਤੀ, ਅਕਾਲ ਪੁਰਖ ਦੀ ਉਸ ਬਖਸ਼ਿਸ਼ ਦਾ ਸਾਨੂੰ ਪਾਤਰ ਬਣਾ ਦਿੱਤਾ। ਗੁਰਬਾਣੀ ਪੜ੍ਹੋ, ਵਿਚਾਰ ਕੇ ਪੜ੍ਹੋ, ਭਾਵਨਾ ਨਾਲ ਪੜ੍ਹੋ, ਸਤਿਕਾਰ ਨਾਲ ਪੜ੍ਹੋ। ਸਭ ਤੋਂ ਵੱਡੀ ਗੱਲ ਹੈ ਉਸ ਬਾਣੀ ਨੂੰ ਸਮਝ ਕੇ, ਵਿਚਾਰ ਕੇ ਆਪਣੇ ਹਿਰਦੇ 'ਚ ਲੈ ਜਾਓ। ਹਰ ਵੇਲੇ ਸਿਮਰਨ ਹੋ ਰਿਹਾ ਉਸ ਅਕਾਲ ਪੁਰਖ ਦਾ। ਗੁਰਬਾਣੀ ਪੜ੍ਹਨ ਤੋਂ ਵੱਡਾ ਸਿਮਰਨ ਕੋਈ ਨਹੀਂ। ਜੇ ਇੱਕ ਲਫਜ਼ ਦਾ ਰਟਨ ਸਿਮਰਨ ਹੁੰਦਾ ਤਾਂ ਸਤਿਗੁਰੂ ਨੂੰ 1429 ਅੰਕ ਗੁਰਬਾਣੀ ਦੇ ਰਚਨ ਦੀ ਲੋੜ ਨਹੀਂ ਸੀ।
ਇਤਨਾ ਅਥਾਹ ਸਾਗਰ 5871 ਸ਼ਬਦਾਂ ਦਾ ਖਜ਼ਾਨਾ ਸਾਡੇ ਵਾਸਤੇ ਤਿਆਰ ਕਰਨ ਦੀ ਲੋੜ ਨਹੀਂ ਸੀ। ਚੰਦ ਪੰਕਤੀਆਂ ਲਿਖ ਕੇ ਸਿਰਫ ਇੰਨਾ ਸਾਨੂੰ ਸਮਝਾ ਦਿੰਦੇ ਕਿ ਆਹ ਇੱਕ ਲਫ਼ਜ਼ ਜਿਹਨੂੰ ਬਹਿ ਕੇ ਰੱਟੀ ਜਾਓ, ਜੇ ਇਤਨਾ ਅਨਮੋਲ ਖਜ਼ਾਨਾ ਸਾਨੂੰ ਦਿੱਤਾ ਹੈ, ਇਸ ਵਾਸਤੇ ਦਿੱਤਾ ਹੈ ਕਿ ਇਹਦੇ ਰਾਹੀਂ ਹਰ ਵੇਲੇ ਉਸ ਅਕਾਲ ਪੁਰਖ ਦਾ ਸਿਮਰਨ ਕਰੋ ਅਤੇ ਉਹਦੇ ਗੁਣਾਂ ਨਾਲ ਆਪਣੇ ਜੀਵਨ ਨੂੰ ਸ਼ਿੰਗਾਰ ਕਰ ਲਓ। ਜਿਸ ਵੇਲੇ ਹਰ ਵੇਲੇ ਉਹ ਗੁਰਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ, ਸਮਝਾਂਗੇ, ਉਹਦੇ ਗੁਣ ਅਣਭੋਲ ਸਾਡੇ ਜੀਵਨ ਦੇ ਵਿੱਚ ਆਉਂਦੇ ਜਾਣਗੇ। ਅੱਜ ਇਤਨੇ ਇੱਕ ਬਚਨ ਪ੍ਰਵਾਨ ਕਰਨਾ, ਕੱਲ੍ਹ ਦੀ ਵਿਚਾਰ ਆਖਰੀ ਪ੍ਰਮਾਣ ਵਿਚਾਰ ਹੋਏਗੀ ਇਸ ਵਿਸ਼ੇ ਦੇ ਉੱਤੇ। ਸਤਿਗੁਰੂ ਮਿਹਰ ਕਰੇ ਅਸੀਂ ਵੀ ਗੁਰਬਾਣੀ ਨੂੰ ਵਿਚਾਰ ਕੇ ਸਮਝ ਕੇ ਪੜ੍ਹਨ ਦਾ ਚਾਅ ਉਮੰਗ ਜੀਵਨ ਦੇ ਵਿੱਚ ਪੈਦਾ ਕਰੀਏ, ਹਰ ਵੇਲੇ ਸਾਡੇ ਜੀਵਨ ਦੇ ਵਿੱਚ ਵੀ ਅਕਾਲ ਪੁਰਖ ਦਾ ਸਿਮਰਨ ਹੋਵੇ, ਇਹ ਮੇਰੀ ਅਰਦਾਸ ਹੈ। ਬਸ ਅੱਜ ਇਤਨੇ ਕੁ ਬਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।